ਕੈਨੇਡਾ ਗਵਰਨਮੈਂਟ ਨੇ ਜਿਹੜੀ ਨਵੀਂ ਸਕੀਮ ਲਾਂਚ ਕੀਤੀ ਆ ਜਿਹੜੀ ਲੋਟਰੀ ਖੋਲੀ ਆ ਉਹਨਾਂ ਨੇ ਮਾਸਟਰਸ ਦੇ ਲਈ ਜਿਹੜੇ ਬੱਚੇ ਗ੍ਰੈਜੂਏਟ ਨੇ ਜਾਂ ਜਿਹੜੇ ਬੱਚੇ ਇਥੇ ਪੋਸਟ ਗ੍ਰੈਜੂਏਟ ਨੇ ਮਤਲਬ ਉਹਨਾਂ ਨੇ ਕੋਈ ਵੀ ਬੀਏ ਗਰਜਾ ਕੋਈ ਬੈਚਲਰ ਕੀਤੀ ਹੋਈ ਆ ਕੋਈ ਬੀਐਸਸੀ ਕੀਤੀ ਆ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗ੍ਰੈਜੂਏਸ਼ਨ ਡਿਗਰੀ ਕੀਤੀ ਆ ਜਾਂ ਉਹਨਾਂ ਨੇ ਕੋਈ ਐਮਬੀਏ ਕੀਤੀ ਆ ਐਮਏ ਕੀਤੀ ਹੋਈ ਆ ਜਾਂ ਕੁਝ ਵੀ ਐਮਕੌਮ ਕੀਤੀ ਹੋਈ ਆ ਜਾਂ ਕੋਈ ਵੀ ਮਾਸਟਰ ਡਿਗਰੀ ਕੀਤੀ ਹੋਈ ਆ ਇਹਨਾਂ ਲਈ ਕੈਨੇਡਾ ਗਵਰਨਮੈਂਟ ਨੇ ਇੱਕ ਆਪਣੇ ਰਸਤੇ ਆਪਣੇ ਦਰਵਾਜ਼ੇ ਖੋਲ੍ਹੇ ਆ ਕਿ ਅਗਰ ਤੁਸੀਂ ਸਪੈਸੀਫਿਕ ਸਾਡੇ ਕੋਲ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਹੋ ਤੇ ਤੁਸੀਂ ਮਾਸਟਰ ਡਿਗਰੀ ਲਈ ਅਗਰ ਤੁਸੀਂ ਮਾਸਟਰ ਪੜ੍ਹਨਾ ਚਾਹੁੰਦੇ ਹੋ ਚਾਹੇ ਮਾਸਟਰ ਕੀਤੀ ਆ ਫਿਰ ਵੀ ਮਾਸਟਰ ਪੜ੍ਹਨਾ ਚਾਹੁੰਦੇ ਹੋ ਹੁਣ ਇਹਦੇ ਵਿੱਚ ਇੱਕ ਗੱਲ ਦਾ ਮੈਂ ਦੱਸਦਾ ਕਿ ਬਹੁਤ ਸਾਰੇ ਲੋਕ ਆ ਕੇ ਸਾਨੂੰ ਇਹ ਕਹਿੰਦੇ ਕਿ ਮੈਂ ਤਾਂ ਪਹਿਲਾ ਮਾਸਟਰ ਕੀਤੀ ਹੋਈ ਆ ਮੈਂ ਦੁਬਾਰਾ ਮਾਸਟਰ ਕਿਵੇਂ ਕਰ ਸਕਦਾ ਮੈਂ ਉਹਨਾਂ ਨੂੰ ਕੋਈ ਆਨਸਰ ਦੇਣਾ ਹੁੰਨਾ ਕਿ ਜਿਹੜੀ ਤੁਹਾਡੀ ਮਾਸਟਰ ਆ ਉਹ ਮਾਸਟਰ ਦੀ ਸ਼ਾਇਦ ਉੱਧਰ ਕੋਈ ਵੈਲਿਊ ਨਾ ਹੋਵੇ ਮੈਂ ਇੱਕ ਐਗਜ਼ਾਮਪਲ ਦੇ ਦੇਣਾ ਜਿਹੜਾ ਸਾਡਾ ਇੱਥੇ ਐਮਬੀਬੀਐਸ ਐਮਡੀ ਆ ਐਮਬੀਬੀਐਸ ਕਰਨ ਤੋਂ ਬਾਅਦ ਜਿਹੜਾ ਐਮਡੀ ਕਰ ਜਾਂਦਾ ਉਹ ਉਥੋਂ ਦੀ ਉਹਨਾਂ ਦੀ ਨਰਸ ਦਾ ਅਸਿਸਟੈਂਟ ਵੀ ਨਹੀਂ ਲੱਗ ਸਕਦਾ ਜਿਹੜਾ ਸਾਡਾ ਇੱਥੇ UGC NET ਕਲੀਅਰ ਕਰ ਜਾਂਦਾ ਜਿੱਤੋਂ ਬਾਅਦ ਸਿੱਧਾ ਉਹ ਪ੍ਰੋਫੈਸਰ ਲੱਗ ਜਾਂਦਾ ਉਹ ਕੈਨੇਡਾ ਦੇ ਵਿੱਚ ਐਲ ਕੇ ਜੀ ਦੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦਾ ਸੋ ਤੁਸੀਂ ਆਪਣੀ ਮਾਸਟਰ ਨੂੰ ਇਹ ਨਾ ਸਮਝੋ ਕਿ ਤੁਹਾਡੀ ਮਾਸਟਰ ਆ ਤਾਂ ਬਹੁਤ ਹੀ ਵੱਡੀ ਡਿਗਰੀ ਆ ਤੁਹਾਡੇ ਕੋਲ ਤੁਸੀਂ ਆਪਣੀ ਮਾਸਟਰ ਤੋਂ ਬਾਅਦ ਵੀ ਮਾਸਟਰ ਕਰਨ ਜਾ ਸਕਦੇ ਹੋ ਸੋ ਚਾਹੇ ਤੁਸੀਂ ਕੋਈ ਬੀਏ ਜਾਂ ਬੀਕਾਮ ਜਾਂ ਕੋਈ ਵੀ ਬੈਚਲਰ ਕੀਤੀ ਆ ਗ੍ਰੈਜੂਏਸ਼ਨ ਜਾਂ ਫਿਰ ਤੁਸੀਂ ਕੋਈ ਵੀ ਮਾਸਟਰ ਕੀਤੀ ਆ ਤੇ ਤੁਸੀਂ ਕੈਨੇਡਾ ਦੇ ਵਿੱਚ ਅੱਗੇ ਮਾਸਟਰ ਕਰਨ ਲਈ ਜਾਣਾ ਚਾਹੁੰਦੇ ਹੋ ਜਾਂ ਜਾ ਰਹੇ ਹੋ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ 1 ਸਾਲ ਪੜ੍ਹਨਾ ਤੇ ਤੁਹਾਡਾ 3 ਸਾਲ ਦਾ ਵਰਕ ਪਰਮਿਟ ਆ ਨੋਰਮਲ ਅਗਰ +2 ਵਾਲੇ ਇਹੀ ਕੁਝ ਕਰਦੇ ਆ ਜਾਂ ਤੁਸੀਂ ਗ੍ਰੈਜੂਏਸ਼ਨ ਜਾਂ ਮਾਸਟਰ ਤੋਂ ਬਾਅਦ ਪੋਸਟ ਗ੍ਰੈਜੂਏਟ ਡਿਪਲੋਮਾ ਕਰਨ ਜਾਂਦੇ ਹੋ ਤਾਂ 1 ਸਾਲ ਤੋਂ ਬਾਅਦ 1 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ ਬਟ ਅਗਰ 1 ਸਾਲ ਦੀ ਮਾਸਟਰ ਕਰ ਲੈਣੇ ਹੋ ਫਰਕ ਕੀ ਆ ਕਿ ਨਾਮ ਦਾ ਫਰਕ ਆ 1 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ 1 ਸਾਲ ਦਾ ਵਰਕ ਪਰਮਿਟ 1 ਸਾਲ ਦੀ ਮਾਸਟਰ ਡਿਗਰੀ 3 ਸਾਲ ਦਾ ਵਰਕ ਪਰਮਿਟ ਨਾਲ ਦੀ ਨਾਲ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਨਾਲ ਹੀ ਲੈ ਕੇ ਜਾ ਸਕਦੇ ਹੋ ਜਿਹੜਾ ਉੱਥੇ ਫੁੱਲ ਟਾਈਮ ਕੰਮ ਕਰੂਗਾ ਅਗਰ ਤੁਸੀਂ ਮੈਰਿਡ ਹੋ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਜਿਹੜੇ ਕਿ ਉੱਥੇ ਪੜ੍ਹਨਗੇ ਸਕੂਲਿੰਗ ਫ੍ਰੀ ਆ ਤੇ ਇਸ ਤੋਂ ਇਲਾਵਾ ਅਗਰ ਤੁਹਾਨੂੰ ਐਜੂਕੇਸ਼ਨ ਤੁਹਾਡੀ ਪੜ੍ਹਾਈ ਛੱਡਿਆਂ ਨੂੰ 10 ਜਾਂ 15 ਸਾਲ ਵੀ ਹੋ ਚੁੱਕੇ ਨੇ ਪੜ੍ਹਾਈ ਛੱਡਿਆਂ ਨੂੰ ਤੁਸੀਂ ਕੋਈ ਕੰਮ ਕਰ ਰਹੇ ਹੋ ਜਾਂ ਕੁਝ ਵੀ ਤੁਹਾਡਾ ਸਟੇਟਸ ਆ ਤਾਵੇਂ ਤੁਸੀਂ ਕੈਨੇਡਾ ਦੇ ਵਿੱਚ ਮਾਸਟਰ ਲਈ ਅਪਲਾਈ ਕਰ ਸਕਦੇ ਹੋ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਸਾਨੂੰ ਇੱਕ ਲੋਟਰੀ ਆ ਸਾਨੂੰ ਇੱਕ ਕੈਨੇਡਾ ਗਵਰਨਮੈਂਟ ਨੇ ਇੱਕ ਸਾਡੇ ਲਈ ਇੱਕ ਫੈਸਿਲਿਟੀ ਦਿੱਤੀ ਹੋਈ ਆ ਇਹਨੂੰ ਜਿਆਦਾ ਤੋਂ ਜਿਆਦਾ ਲੋਗ ਗ੍ਰੈਬ ਕਰੋ ਕਿਉਂਕਿ ਤੁਹਾਡੇ ਲਈ ਇਹ ਮੌਕਾ ਸ਼ਾਇਦ ਦੁਬਾਰਾ ਨਾ ਮਿਲੇ ਕਿ 1 ਸਾਲ ਦੀ ਮਾਸਟਰ ਦੇ ਨਾਲ 3 ਸਾਲ ਦਾ ਵਰਕ ਪਰਮਿਟ ਸਪਾਊਸ ਵੀਜ਼ਾ ਨਾਲ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਤੇ ਨਾਲੇ ਪੜ੍ਹਾਈ ਛੱਡਿਆਂ ਨੂੰ ਜੇ 10 ਤੋਂ 15-20 ਸਾਲ ਹੋ ਗਏ ਤਾਂ ਵੀ ਕੈਨੇਡਾ ਗਵਰਨਮੈਂਟ ਬਾਵਾ ਓਲਾਰ ਕੇ ਤੁਹਾਡਾ ਵੈਲਕਮ ਕਰਨ ਨੂੰ ਖੜਾ ਆ ਤੁਹਾਡੀ ਤੁਹਾਡੀ ਸਵਾਗਤ ਲਈ ਖੜਾ ਆ ਤੁਹਾਨੂੰ ਸਾਰੀਆਂ ਫੈਸਿਲਿਟੀਆਂ ਦੇਣ ਲਈ ਵੀ ਖੜਾ ਆ